ਬੜੇ ਸੱਜਣ ਮਿਲਦੇ ਨੇ, ਕਹਿੰਦੇ ਨੇ ਜੀ ਕੀ ਲੋੜ ਹੈ ਦੀ ਪੂਜਾ ਦੀ, ਧਰਮ ਦੀ, ਪਾਠ ਦੀ, ਬਾਣੀ ਦੀ, ਅੰਮ੍ਰਿਤ ਦੀ? ਅਸੀਂ ਤਾਂ ਸਾਰੀ ਜ਼ਿੰਦਗੀ ਕਿਰਤ ਕੀਤੀ ਹੈ, ਸੱਚ ਬੋਲਿਆ, ਧਰਮ ਦਾ ਕੰਮ ਕੀਤਾ, ਸਾਨੂੰ ਕੀ ਲੋੜ ਪੈ? ਹੁਣ ਇੱਥੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਧਰਮ ਜਿਹੜਾ ਹੈ ਉਹ ਐਕਸਰਸਾਈਜ਼ ਨਹੀਂ ਹੈ। ਸਾਨੂੰ ਇਹ ਭੁਲੇਖਾ ਲੱਗ ਗਿਆ, ਸਾਨੂੰ ਵੀ ਲੱਗਾ। ਅਸੀਂ ਕਹਿੰਦੇ ਹਾਂ ਪੱਗ ਇੱਧਰ ਦੀ ਬੰਨੀ, ਇਸ ਤਰ੍ਹਾਂ ਉੱਠਦਾ ਬੰਦਾ, ਇਸ ਤਰ੍ਹਾਂ ਬਹਿੰਦਾ, ਇਸ ਤਰ੍ਹਾਂ ਬੋਲਦਾ, ਇਹ ਧਰਮ ਹੀ ਹੋ ਗਿਆ। ਉਹ ਤਾਂ ਧਰਮ ਦਾ ਇੱਕ ਅੰਗ ਸੀ, ਹਿੱਸਾ ਸੀ। ਜਿਵੇਂ ਇੱਕ ਚੀਜ਼ ਨੂੰ ਚਲਾਉਣ ਵਿੱਚ ਕਈ ਚੀਜ਼ਾਂ ਹਿੱਸਾ ਪਾਉਂਦੀਆਂ ਨੇ, ਗੱਡੀ ਇੱਕ ਚੀਜ਼ ਨਾਲ ਨਹੀਂ ਚੱਲਦੀ, ਸਾਰੀਆਂ ਚੀਜ਼ਾਂ ਇਕੱਠੀਆਂ ਹੋਣ ਤਾਂ ਤੁਰਦੀ। ਧਰਮ ਦਾ ਸੰਬੰਧ ਸਿਮਰਨ ਨਾਲ ਹੈ, ਖਿਆਲ ਰੱਖੋ। ਧਰਮ ਦਾ ਸੰਬੰਧ ਹੈ ਵੀ ਸਾਡੇ ਅੰਦਰ ਕਿਤੇ ਕੋਈ ਇੱਕ ਗਹਿਰਾ ਖਜ਼ਾਨਾ ਹੈ, ਮਿਠਾਸ ਦਾ ਭਰਿਆ ਹੋਇਆ। ਸਾਡੀ ਸੁਰਤ ਦਾ ਕਨੈਕਸ਼ਨ ਜਦੋਂ ਉਹਦੇ ਨਾਲ ਹੋ ਜਾਏ ਅਤੇ ਮਨ ਇੱਕ ਖੁਮਾਰੀ ਵਿੱਚ, ਤ੍ਰਿਪਤੀ ਵਿੱਚ, ਇੱਕ ਮਸਤੀ ਵਿੱਚ ਗਾਉਣ ਵਾਸਤੇ ਤਿਆਰ ਹੋ ਜਾਂਦਾ, ਉਹਨੂੰ ਕਹਿੰਦੇ ਨੇ ਧਰਮ। ਧਰਮ ਨੂੰ ਅਸੀਂ ਜਾਣੇ ਨਹੀਂ। ਅਸੀਂ ਸੋਚਿਆ ਵੀ ਚੰਗਿਆਈਆਂ ਕਰ ਕਰਕੇ ਅਸੀਂ ਧਰਮੀ ਹੋ ਜਾਵਾਂਗੇ, ਇਹ ਸਾਡਾ ਭੁਲੇਖਾ ਸੀ। ਉਹ ਇੱਕ ਉਸ ਚੀਜ਼ ਤੱਕ ਜਾਣ ਵਾਸਤੇ ਇੱਕ ਸਹਾਇਤਾ ਹੋ ਸਕਦੀ ਜੀਵਨ ਵਿੱਚ, ਸ਼ੁਭ ਕਰਮ ਕਰਨੇ, ਚੰਗੀ ਗੱਲ, ਚੰਗੇ ਕੰਮ ਕਰਨੇ, ਸੱਚ ਬੋਲਣਾ, ਕਿਸੇ ਦਾ ਹੱਕ ਨਾ ਖਾਣਾ, ਇਸ ਮਾਰਗ 'ਤੇ ਤੁਰਨਾ, ਆਪਣੀ ਮਿਹਨਤ ਕਰਨੀ, ਕਿਸੇ ਮਾੜੇ ਦੀ ਸਹਾਇਤਾ ਕਰਨੀ, ਇਹ ਇੱਕ ਕਰਤੂਤ ਹੈ, ਖਿਆਲ ਰੱਖਣਾ, ਚੰਗੀ ਚੰਗਾ ਕੰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਜੀ ਇਹ ਧਰਮ ਹੈ, ਇਹਦੇ ਨਾਲ ਨਿਬੇੜਾ ਹੋ ਜਾਂਦਾ? ਜਦਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਕੱਲ੍ਹ ਮੈਂ ਬੇਨਤੀ ਕੀਤੀ ਸੀ ਕੰਮ ਚੰਗੇ, ਗੁਰੂ ਸਾਹਿਬ ਕਹਿੰਦੇ ਕਰ ਸੋ ਕਿਛ ਕਰ ਜਿੱਤ ਮੈਲ ਨਾ ਲਾਗੇ। ਇਹਦੇ ਨਾਲ ਨਿਬੇੜਾ ਹੋ ਜਾਂਦਾ। ਅਤੇ ਸਤਿਗੁਰੂ ਦੂਜੇ ਪਾਸੇ ਨਾਲ ਕਹਿੰਦੇ ਨੇ ਅਵਰ ਕਰਤੂਤ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨਣਾ, ਭਜਨ ਤੋਂ ਬਿਨਾਂ ਨਹੀਂ ਮੰਨੇਗਾ ਪਰਮਾਤਮਾ। ਜਮਦੂਤ, ਜਮ ਦਾ ਅਰਥ ਹੈ ਨਿਯਮ, ਨਿਯਮ ਤੋਂ ਜਮ ਸ਼ਬਦ ਬਣਿਆ। ਜੋ ਇੱਥੇ ਲਾਹ ਹੈ ਕੁਦਰਤ ਦਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਨਿਯਮ ਛੱਡਿਆ ਹੋਇਆ ਹੈ, ਜਿਹਦੇ ਵਿੱਚ ਸਾਰੀ ਸ੍ਰਿਸ਼ਟੀ ਪਰੋਈ ਹੋਈ, ਜਿਹਨੂੰ ਹੁਕਮ ਕਿਹਾ, ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਈ, ਉਹ ਨਹੀਂ ਉਹਨਾਂ ਚਿਰ ਤੈਨੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਆਉਂਦਾ ਹੈਗਾ ਆਪਣੇ, ਜਿੰਨਾ ਚਿਰ ਤੂੰ ਉਹਦੇ ਨਾਲ ਪ੍ਰੇਮ ਨਾ ਕੀਤਾ। ਕਰਮ ਚੰਗੇ ਕਰ, ਜੋ ਮਰਜ਼ੀ ਕਰ, ਕਿੰਨੀਆਂ ਸਮਾਧੀਆਂ ਸਨ, ਕਿੰਨੇ ਲੋਕ ਸਨ, ਕਿੰਨੀਆਂ ਚੰਗਿਆਈਆਂ ਵਾਲੇ ਲੋਕ ਸਨ, ਅਕਾਲ ਪੁਰਖ ਨੇ ਆਪਣੇ ਘਰ ਵਿੱਚ ਨਹੀਂ ਆਉਣ ਦਿੱਤੇ, ਸਿਰਫ ਭਗਤ ਉਹਦੇ ਵਿੱਚ ਪ੍ਰਵੇਸ਼ ਹੋਏ। ਕਿਉਂਕਿ ਭਗਤਾਂ ਦੇ ਕੋਲ ਬੰਦਗੀ ਸੀ, ਇਹ ਦੋ ਰਸਤੇ ਨੇ, ਇੱਕ ਗਿਆਨ ਮਾਰਗ, ਇੱਕ ਪ੍ਰੇਮ ਮਾਰਗ, ਭਗਤੀ ਦਾ ਮਾਰਗ। ਹੁਣ ਇਹ ਆਦਮੀ ਦੀ ਸਮਰੱਥਾ ਵੀ ਉਹ ਭਗਤੀ ਕਰੇ ਅਤੇ ਚੰਗਿਆਈ ਕਰੇ, ਚੰਗਿਆਈ ਕਰੇ ਅਤੇ ਭਗਤੀ ਕਰੇ, ਚੰਗਿਆਈ ਦਾ ਅਤੇ ਭਗਤੀ ਦਾ। ਚੰਗਿਆਈ ਕਦੀ ਭਗਤੀ ਨਹੀਂ ਹੁੰਦੀ। ਸਾਡੇ ਵਿਚਾਰਕਾਂ ਨੇ ਅੱਜ ਕੱਲ੍ਹ ਇਹਦਾ ਬਹੁਤ ਪ੍ਰਚਾਰ ਕੀਤਾ ਵੀ ਚੰਗਿਆਈ ਭਗਤੀ ਹੁੰਦੀ, ਬਿਲਕੁਲ ਨਹੀਂ, 1% ਵੀ ਨਹੀਂ। ਚੰਗਿਆਈ ਤਾਂ ਇੱਕ ਕਰਮ ਹੈ। ਨਾਲੇ ਅਸੀਂ ਕਹਿੰਦੇ ਹਾਂ ਕਰਮਕਾਂਡ ਤੋਂ ਬਚੋ ਜੀ। ਕਰਮਕਾਂਡ ਸਰੀਰ ਨਾਲ ਕਰ ਰਿਹਾ ਵਿਅਕਤੀ, ਬੁੱਧੀ ਨਾਲ ਕਰ ਰਿਹਾ, ਮਨ ਨਾਲ। ਆਨੰਦ ਦਾ ਮਨ ਅਤੇ ਬੁੱਧੀ ਅਤੇ ਸਰੀਰ ਨਾਲ ਕੋਈ ਸੰਪਰਕ ਨਹੀਂ, ਉਹ ਇਹਨਾਂ ਤੋਂ ਅੱਗੇ ਹਿਰਦੇ ਦੀ ਘਟਨਾ। ਆਨੰਦ ਇੱਥੇ ਥੋੜ੍ਹੀ ਵੱਸਦਾ। ਗੁਰੂ ਅਮਰਦਾਸ ਜੀ ਨੂੰ ਪੁੱਛੋ, ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲ। ਇਹਦੇ ਤੋਂ ਪਹਿਲਾਂ ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਵੀ ਪਹਿਲਾਂ ਤਨ ਤੋਂ ਸ਼ੁਰੂ ਕਰ, ਤਨ ਮਨ ਧਨ, ਇਹ ਤਿੰਨ ਚੀਜ਼ਾਂ ਪਹਿਲਾਂ ਦੇ, ਪਰ ਇੱਥੇ ਸਮਾਪਤੀ ਨੇ, ਸਭ ਸੌਂਪ ਗੁਰ ਕੋ, ਹੁਕਮ ਮੰਨੀਆਂ ਪਾਈਏ। ਪਰ ਜਦੋਂ ਤਨ ਵੀ ਦੇ ਦਿੱਤਾ, ਮਨ ਦੇ ਦਿੱਤਾ, ਸਮਾਜਿਕ ਜੀਵਨ ਠੀਕ ਹੋ ਗਿਆ, ਚੰਗਿਆਈਆਂ ਕਰਨ ਲੱਗ ਪਿਆ, ਸ਼ਮੀਲ ਲਾ ਦਿੱਤੀ, ਦਾਨ ਕਰ ਦਿੱਤਾ, ਸੰਗਰਾਂਦ ਆਈ ਜੀ, ਚੁੱਕਿਆ ਕਣਕ ਦਾ ਆਟਾ, ਕੱਟਾ ਭਰ ਕੇ ਸਿਰ 'ਤੇ ਗੁਰਦੁਆਰੇ ਦੇ ਆਇਆ, ਸੋਚ ਲਿਆ ਮੈਂ ਸਿੱਖ ਬਣ ਗਿਆ। ਉਹ ਇੱਕ ਕਰਮ ਸੀ, ਇੱਕ ਚੰਗਿਆਈ ਸੀ, ਉਹਨੂੰ ਧਰਮ ਸਮਝ। ਇਹਦੇ ਤੋਂ ਅੱਗੇ ਸਤਿਗੁਰੂ ਨੇ ਕਿਹਾ ਵੀ ਸਿੱਖਾ ਹੁਣ ਤੂੰ ਇੱਥੋਂ ਤੱਕ ਤੇ ਆ ਗਿਆ, ਹੁਣ ਅੱਗੇ ਸੁਣ ਸਿੱਖੀ ਕੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ, ਅੰਦਰੋਂ ਯਾਦ ਟੁੱਟਦੀ ਨਹੀਂ ਦਿਨ ਰਾਤ ਗੁਰੂ ਦੀ। ਇਹ ਸਾਧ ਸੰਗਤ ਜੀ ਮਨ ਦਾ ਇੱਕ ਇਸ ਤਰ੍ਹਾਂ ਦੀ ਇਹ ਬਣਾਇਆ ਹੀ ਐਸਾ ਵਾਹਿਗੁਰੂ ਨੇ। ਇਹ ਜਿਹੜੀ ਚੀਜ਼ ਦੇ ਨਾਲ ਪ੍ਰੈਕਟਿਸ ਕਰਦਾ ਨਾ ਬਹੁਤੀ, ਜਿਹੜੀ ਚੀਜ਼ ਨੂੰ ਵਾਰ ਵਾਰ ਕਰਦਾ, ਉਹਦੇ ਵਿੱਚ ਰਹਿਣ ਲੱਗ ਪੈਂਦਾ ਆਪਣੇ ਆਪ।
ਉਹਦੇ ਵਿੱਚੋਂ ਕੱਢਣਾ ਔਖਾ ਹੋ ਜਾਂਦਾ। ਜਿਵੇਂ ਅਸੀਂ ਕਹਿੰਦੇ ਹਾਂ ਵੀ ਸਾਡਾ ਮਨ ਸੰਸਾਰ ਵਿੱਚੋਂ ਨਹੀਂ ਨਿਕਲਦਾ, ਸਾਡਾ ਮਨ ਵਾਸ਼ਨਾ 'ਚੋਂ ਨਹੀਂ ਨਿਕਲਦਾ, ਉਹਦਾ ਕਾਰਨ ਇਹ ਅਸੀਂ ਅਭਿਆਸ ਇੰਨਾ ਕੀਤਾ ਲੱਲੋ, ਹੁਣ ਉੱਥੋਂ ਨਿਕਲਦਾ ਨਹੀਂ। ਪਰ ਇਸ ਹੀ ਮਨ ਨੂੰ ਜੇ ਵਾਰ ਵਾਰ ਸ਼ਬਦ ਵਿੱਚ, ਅਭਿਆਸ ਵਿੱਚ ਵਾਰ ਵਾਰ ਲਾਇਆ ਜਾਏ, ਗੁਰਬਾਣੀ ਵਿੱਚ ਲਾਇਆ ਜਾਏ, ਨਾਮ ਵਿੱਚ ਜੋੜਿਆ ਜਾਏ, ਧੁਨ ਵਿੱਚ ਜੋੜਿਆ ਜਾਏ, ਧਿਆਨ ਵਿੱਚ, ਤਾਂ ਇੱਕ ਦਿਨ ਐਸਾ ਹੋ ਜਾਂਦਾ ਵੀ ਜੇ ਕੋਈ ਵਿਅਕਤੀ ਇਹਨੂੰ ਕੱਢਣਾ ਵੀ ਚਾਹੇ ਨਾ, ਧਰਮ ਵਿੱਚੋਂ ਨਾਮ ਵਿੱਚੋਂ ਮਨ ਛੱਡਦਾ ਨਹੀਂ ਨਾਮ।